ਲੁਧਿਆਣਾ ਦੇ ਰਹਿਣ ਵਾਲੇ 10 ਸਾਲ ਦੇ ਬੱਚੇ ਨੂੰ ਟ੍ਰੇਨ ਦੀ ਸਵਾਰੀ ਦਾ ਸ਼ੌਂਕ ਮਹਿੰਗਾ ਸਾਬਤ ਹੋਇਆ। ਇਹ ਬੱਚਾ ਸਭ ਤੋਂ ਪਹਿਲਾਂ ਘਰ ਤੋਂ ਲੁਧਿਆਣਾ ਰੇਲਵੇ ਸਟੇਸ਼ਨ ਪਹੁੰਚਿਆ। ਜਦੋਂ ਟ੍ਰੇਨ ਚੱਲੀ ਤਾਂ ਉਹ ਟ੍ਰੇਨ 'ਚ ਬੈਠਾ ਹੀ ਸੀ। ਬੱਚੇ ਨੇ ਸੋਚਿਆ ਕਿ ਅਗਲੇ ਸਟੇਸ਼ਨ 'ਤੇ ਟ੍ਰੇਨ ਰੁਕਣ 'ਤੇ ਉਹ ਵਾਪਸ ਆ ਜਾਵੇਗਾ। ਇੱਕ ਸੁਪਰ ਫਾਸਟ ਰੇਲ ਗੱਡੀ ਹੋਣ ਕਰਕੇ ਇਸ ਦਾ ਅਗਲਾ ਸਟੋਪ ਸਰਹਿੰਦ ਜੰਕਸ਼ਨ ਸੀ, ਲਗਭਗ 70 ਕਿਲੋਮੀਟਰ ਦੂਰ। ਉੱਥੇ ਬੱਚਾ ਟ੍ਰੇਨ ਤੋਂ ਹੇਠਾਂ ਉਤਰਿਆ ਅਤੇ ਪਲੇਟਫਾਰਮ 'ਤੇ ਰੋਣ ਲੱਗਾ। ਥਾਣਾ ਸਰਹਿੰਦ ਪੁਲਿਸ ਨੇ ਬੱਚੇ ਨੂੰ ਹਿਰਾਸਤ ਵਿੱਚ ਲੈ ਲਿਆ। ਥਾਣਾ ਸਰਹਿੰਦ ਦੇ ASI ਬਲਵੀਰ ਸਿੰਘ ਨੇ ਦੱਸਿਆ ਕਿ ਉਹਨਾਂ ਨੇ ਲੁਧਿਆਣਾ ਕੰਟਰੋਲ ਰੂਮ ਨੂੰ ਸੁਨੇਹਾ ਦੇ ਕੇ ਬੱਚੇ ਦੀ ਫੋਟੋ ਭੇਜ ਦਿੱਤੀ। ਉੱਥੇ ਇਹ ਫੋਟੋ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ, ਜਿਸ ਤੋਂ ਬਾਅਦ ਬੱਚੇ ਦਾ ਪਰਿਵਾਰ ਲੁਧਿਆਣਾ ਪੁਲਿਸ ਰਾਹੀਂ ਉਹਨਾਂ ਦੇ ਸੰਪਰਕ ਵਿੱਚ ਆਇਆ। ਬੱਚੇ ਨੂੰ ਸਰਹਿੰਦ ਰੇਲਵੇ ਸਟੇਸ਼ਨ 'ਤੇ ਉਸਦੇ ਪਰਿਵਾਰਕ ਮੈਂਬਰਾਂ ਹਵਾਲੇ ਕਰ ਦਿੱਤਾ ਗਿਆ। ਬੱਚੇ ਨੇ ਦੱਸਿਆ ਕਿ ਉਸਨੂੰ ਟ੍ਰੇਨ 'ਚ ਸਵਾਰ ਹੋਣ ਦਾ ਸ਼ੌਂਕ ਸੀ। ਉਹ ਰੇਲ ਗੱਡੀ ਵਿੱਚ ਬੈਠਣ ਲਈ ਹੀ ਸਟੇਸ਼ਨ ਗਿਆ ਸੀ। ਜਦੋਂ ਗੱਡੀ ਉੱਥੋਂ ਚੱਲ ਪਈ ਤਾਂ ਸਿੱਧੀ ਸਰਹਿੰਦ ਜਾ ਰੁਕੀ। ਆਪਣੇ ਪਰਿਵਾਰ ਤੋਂ ਦੂਰ ਆ ਕੇ ਉਸਨੂੰ ਪਤਾ ਨਹੀਂ ਸੀ ਕਿ ਕੀ ਕਰਨਾ ਹੈ, ਇਸ ਕਰਕੇ ਉਹ ਪਲੇਟਫਾਰਮ 'ਤੇ ਹੀ ਰੋਣ ਲੱਗ ਪਿਆ। ਪੁਲਿਸ ਨੇ ਉਸਨੂੰ ਉਸਦੇ ਪਰਿਵਾਰ ਨਾਲ ਮਿਲਾਇਆ। ਵਾਸੀ ਇਸਲਾਮਗੜ੍ਹ ਤੋਂ ਦੇਣਾ, ਇਹਦੇ ਬਾਰੇ ਸਾਨੂੰ ਇਤਲਾਹ ਮਿਲੀ ਸੀ ਵੀ ਆਪਣਾ ਰੇਲਵੇ ਸਟੇਸ਼ਨ ਤੋਂ ਇਹਨੂੰ ਤੁਰਿਆ ਆਉਂਦਾ। ਅਸੀਂ ਜਦੋਂ ਉੱਥੇ ਪਹੁੰਚੇ ਤਾਂ ਇਹ ਬੱਚਾ ਰੋ ਰਿਹਾ ਸੀ, ਜਿਹਨੂੰ ਅਸੀਂ ਥਾਣੇ ਲੈ ਕੇ ਆਉਂਦਾ। ਇਹਦਾ ਪੁੱਛਗਿੱਛ ਕਰੀ, ਪੁੱਛਗਿੱਛ ਕਰਕੇ ਜਿਹੜਾ ਇਹਨਾਂ ਤੋਂ ਦੇਣੇ ਆ ਆਪਣਾ ਕੰਟਰੋਲ ਰੂਮ ਤੋਂ ਨੰਬਰ ਲੈ ਕੇ ਇਹਨਾਂ ਦੀ ਵਟਸਐਪ 'ਤੇ ਇਹਦਾ ਹੋਡੀਆ ਵਗੈਰਾ ਸਾਰਾ ਕੁਛ ਫੋਟੋ ਪਾਈ ਅਤੇ ਉਹਨਾਂ ਦੇ ਪਤਾ ਲੱਗਣ 'ਤੇ ਇਹਦੇ ਵਾਰਸ ਸਾਡੇ ਕੋਲ ਆ ਗਏ ਆ। ਇਹਦੇ ਵਾਰਸ ਨੂੰ ਬਬਲੂ ਇਹਦੇ ਚਾਚਾ ਅਤੇ ਇਹਦੇ ਮਾਮੇ ਦਾ ਦੀਪ ਦੇ ਹਵਾਲੇ ਕਰ ਰਹੇ ਆ ਸ਼ਿਵਮ ਨੂੰ। ਕਿੰਨੇ ਕੁ ਸਾਲ ਦਾ ਬੱਚਾ, ਕਿਹੜੀ ਕਲਾਸ? ਬੱਚਾ ਹੈਗਾ 10-11 ਸਾਲ ਦਾ, ਤੀਜੀ ਜਮਾਤ 'ਚ ਪੜ੍ਹਦਾ ਮਲਟੀਪਰਪਜ਼ ਸਕੂਲ ਲੁਧਿਆਣਾ। ਕੀ ਕਾਰਨ ਰਿਹਾ ਘਰ ਦਾ ਮੁੱਢਲੀ ਪੜਤਾਲ 'ਚ ਆਇਆ ਸਾਹਮਣੇ ਕੁਛ ਕਿਉਂ ਭੱਜਿਆ ਸੀ? ਇਹ ਤਾਂ ਬਸ ਆਪਣੀ ਜਿਹੜੀ ਟ੍ਰੇਨ ਦੀ ਝਾਂਡੀ ਬਣਾਉਣ ਵਾਸਤੇ ਵੀ ਮੈਂ ਅਸੀਂ ਟ੍ਰੇਨ 'ਚ ਸਫ਼ਰ ਕਰਾਂ, ਉਸ ਉੱਥੇ ਬਾਈ ਦੇਖ ਕੇ ਆ ਗਿਆ ਸੀ, ਇਸ ਤਰ੍ਹਾਂ ਉਤਰ ਗਿਆ ਸੀ ਅਤੇ ਉਹਨੂੰ ਅਸੀਂ ਇਹਨਾਂ ਵਾਰਸ ਹਵਾਲੇ ਕਰ ਲਏ।